ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਇਸ ਦੇ ਵਿੱਚ ਇੱਕ ਹੋਰ ਵੱਡੀ ਖਬਰ, ਜਿੱਥੇ ਚੰਡੀਗੜ੍ਹ ਦੇ ਵਿੱਚ ਧਮਕੀ ਭਰੀ ਚਿੱਠੀ ਮਿਲੀ ਹੈ, ਉੱਥੇ ਹੀ ਪੰਜਾਬ ਦੀ ਸਰਹੱਦ ਤੇ ਪਾਕਿਸਤਾਨੀ ਨਜ਼ਰ ਆਏ ਨੇ। ਅਹਿਮ ਤੇ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ। ਸੋ ਘੁਸਪੈਠੀਏ ਜਿਹੜੇ ਨੇ ਉਹ ਸਮੇਂ ਤੇ ਆਪਣੀ ਕਾਰਵਾਈ ਕਰ ਰਹੇ ਨੇ। ਪਰ ਫਿਲਹਾਲ ਫਿਰੋਜ਼ਪੁਰ ਦੇ ਵਿੱਚ ਫਿਰ ਵੇਖਿਆ ਗਿਆ ਡਰੋਨ, ਪਾਕਿਸਤਾਨੀ ਡਰੋਨ ਦੀ ਹਰਕਤ ਦਿਸੀ ਹੈ। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ। ਲਿਵਿੰਗ ਇੰਡੀਆ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ, ਕਿਉਂਕਿ ਹਾਲਾਂਕਿ ਇਸ ਤੋਂ ਪਹਿਲਾਂ ਪੂਰੇ ਸਖ਼ਤ ਜਿਹੜੇ ਆਦੇਸ਼ ਦਿੱਤੇ ਗਏ, ਪਰ ਉਸ ਬਾਵਜੂਦ ਇਹ ਨਾਪਾਕ ਹਰਕਤਾਂ ਨਜ਼ਰ ਫਿਰ ਤੋਂ ਆ ਰਹੀਆਂ ਨੇ। ਪੰਜਾਬ ਦੀ ਸਰਹੱਦ ਤੇ ਪਾਕਿਸਤਾਨੀ ਡਰੋਨ ਨਜ਼ਰ ਆਇਆ, ਤੇ ਫਿਲਹਾਲ ਫਿਰ ਤੋਂ ਜਿਹੜੀ ਹਰਕਤ ਹੈ ਉਹ ਨਜ਼ਰ ਆਈ ਹੈ। ਜਿਸ ਤਰੀਕੇ ਦੇ ਨਾਲ ਵਾਰੋ ਵਾਰ ਇਹ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ, ਉਸ ਤੋਂ ਬਾਅਦ ਦਹਿਸ਼ਤ ਦੇ ਵਿੱਚ ਲੋਕ ਹੋਣਾ ਲਾਜ਼ਮੀ ਹੈ। ਵੱਡੀ ਦਹਿਸ਼ਤ ਜਿਹੜੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਬੇਸ਼ੱਕ ਕਿਸੇ ਵੀ ਜ਼ਰੀਏ ਦੇ ਨਾਲ ਹੋਵੇ। ਇੱਕ ਪਾਸੇ ਜਿੱਥੇ ਚਿੱਠੀ ਬਰਾਮਦ ਹੋਣਾ 29 ਅਕਤੂਬਰ, ਯਾਨੀ ਕਿ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ। ਉਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਅੱਜ 12:58 ਤੇ ਉਡਾ ਦਿੱਤਾ ਜਾਏਗਾ ਬੰਬ ਦੇ ਨਾਲ। ਉੱਥੇ ਦੂਸਰੇ ਪਾਸੇ ਡਰੋਨ ਦੀ ਮੂਵਮੈਂਟ ਨਜ਼ਰ ਆ ਰਹੀ ਹੈ। ਸੋ ਸਾਫ਼ ਤੌਰ ਤੇ ਉਸ ਚਿੱਠੀ ਦੇ ਵਿੱਚ ਵੀ ਪਾਕਿਸਤਾਨੀ ਹੋਣ ਦਾ ਦਾਅਵਾ ਕੀਤਾ ਗਿਆ ਸੀ, ਤੇ ਇੱਥੇ ਦੂਸਰੇ ਪਾਸੇ ਸਰਹੱਦ ਤੇ ਵੀ ਪਾਕਿਸਤਾਨ ਜਿਹੜਾ ਆਪਣੀਆਂ ਨਪਾਕ ਹਰਕਤਾਂ ਕਰਦਾ ਨਜ਼ਰ ਆ ਰਿਹਾ। ਸੋ ਇੱਕ ਪਾਸੇ ਜਿੱਥੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਇੱਕ ਚੰਗੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉੱਥੇ ਦੂਸਰੇ ਪਾਸੇ ਇਹ ਅੱਤਵਾਦੀ ਜਿਹੜੇ ਨੇ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਤਾਕ ਦੇ ਵਿੱਚ ਰਹਿੰਦੇ ਨੇ। ਹਾਲਾਂਕਿ ਸੁਰੱਖਿਆ ਜਵਾਨਾਂ ਦੀ ਗੱਲ ਕਰੀਏ, ਸੁਰੱਖਿਆ ਦਸਤਿਆਂ ਦੀ ਗੱਲ ਕਰੀਏ, ਏਜੰਸੀਜ਼ ਦੀ ਗੱਲ ਕਰੀਏ, ਤਾਂ ਹਰ ਵੇਲੇ ਚੌਕਸ ਰਹਿੰਦੀਆਂ ਨੇ। ਇਹਨਾਂ ਨੇ ਆਪਣੀ ਕਾਰਵਾਈ ਪੂਰੀ ਤਰ੍ਹਾਂ ਨਿਗਰਾਨੀ ਹੇਠ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਮੇਸ਼ਾ ਤੋਂ ਕਰਦੀਆਂ ਆਈਆਂ ਨੇ। ਉਸ ਤੋਂ ਇਲਾਵਾ ਸਮੇਂ 'ਤੇ ਇਹਨਾਂ ਨੂੰ ਅਜਿਹੇ ਹਥਿਆਰ ਅਤੇ ਅਜਿਹੇ ਹਰ ਇੱਕ ਪ੍ਰੋਜੈਕਟ ਨੂੰ ਦੇ ਦਿੱਤਾ ਜਾਂਦਾ ਤਾਂ ਕਿ ਇਹ ਕਾਬੂ ਕਰ ਸਕਣ ਸਥਿਤੀ ਨੂੰ। ਸੋ ਹਾਲਾਤ ਜਿਹੜੇ ਨੇ ਉਹ ਫਿਲਹਾਲ ਕਾਫੀ ਜ਼ਿਆਦਾ ਖਰਾਬ ਨੇ। ਮਾਝਾ ਇਲਾਕਾ ਜਿਹੜਾ ਜ਼ਿਆਦਾਤਰ ਪ੍ਰਭਾਵਿਤ ਹੋਇਆ। ਗ੍ਰਾਫਿਕਸ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰਦੇ, ਪਿਛਲੇ 3 ਮਹੀਨਿਆਂ ਦੇ ਵਿੱਚ ਪੰਜਾਬ ਦਾ ਮਾਹੌਲ ਬਦਲ ਚੁੱਕਿਆ। ਕੇਂਦਰ ਸਰਕਾਰ ਨੇ ਧਾਰਾ 370 ਹਟਾਉਣ ਤੋਂ ਮਗਰੋਂ ਇਹ ਮਾਹੌਲ ਬਦਲਿਆ ਹੋਇਆ ਨਜ਼ਰ ਆ ਰਿਹਾ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਤੇ ਨਾਪਾਕ ਡਰੋਨ ਹਰਕਤਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਨੇ। ਇਸ ਤੋਂ ਪਹਿਲਾਂ ਅਜਿਹਾ ਕੁਝ ਨਜ਼ਰ ਨਹੀਂ ਸੀ ਆਉਂਦਾ। ਡਰੋਨ ਦੇ ਰਾਹੀਂ ਪੰਜਾਬ ਅੰਦਰ ਅਸਲਾ ਪਹੁੰਚਾਇਆ ਗਿਆ, ਅਸਲਾ ਜਿਹੜਾ ਉਹ ਵੀ ਬਰਾਮਦ ਹੋਇਆ, ਉਸ 'ਤੇ ਹਾਮੀ ਵੀ ਭਰੀ ਗਈ ਹੈ, ਜਾਂਚ ਵੀ ਜਾ ਰਹੀ ਹੈ। ਲਗਾਤਾਰ ਡਰੋਨ ਵੇਖੇ ਜਾਣ ਦੇ ਮਾਮਲੇ 'ਤੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਲਗਾਤਾਰ ਪਹਿਲਾਂ 3 ਵਾਰ ਡਰੋਨ ਨਜ਼ਰ ਆਏ, ਹੁਣ ਫਿਰ ਤੋਂ ਅੱਤਵਾਦੀ ਸੰਗਠਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਪੰਜਾਬ ਦੇ ਨੌਜਵਾਨ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਅੰਦਰ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਜ਼ਿਆਦਾਤਰ ਭੀੜਭਾੜ ਵਾਲੇ ਇਲਾਕੇ ਜਿਹੜੇ ਨੇ ਉਹ ਨਿਸ਼ਾਨੇ 'ਤੇ ਹੁੰਦੇ ਨੇ। ਮੋਹਾਲੀ ਪੁਲਿਸ ਨੂੰ ਵੀ ਧਮਕੀ ਭਰਿਆ ਪੱਤਰ ਮਿਲਿਆ ਸੀ ਪੰਜਾਬ ਹਰਿਆਣਾ ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤ ਨੂੰ ਵੀ ਹੁਣ ਉਡਾਉਣ ਦੀ ਧਮਕੀ ਦਿੱਤੀ ਗਈ। 29 ਅਕਤੂਬਰ ਅੱਜ ਦਾ ਦਿਨ ਜਿਹੜਾ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਗਿਆ ਸੀ। ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਪੰਜਾਬੀ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਤੱਕ 4 ਦੀ ਮੌਤ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ 4 ਡਰਾਈਵਰ ਜਿਹੜੇ ਨੇ ਉਸਦਾ ਕੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰ ਪਾਸੇ ਮਨਸੂਬੇ ਜਿਹੜੇ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੇਬ ਵਪਾਰੀਆਂ ਦੀ ਗੱਲ ਕਰੀਏ ਤਾਂ ਅੱਤਵਾਦੀਆਂ ਦੇ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ। ਕੇਂਦਰ ਸਰਕਾਰ 370 ਧਾਰਾ ਹਟਾਉਣ ਤੋਂ ਬਾਅਦ ਇਹ ਮਾਹੌਲ ਜਿਹੜਾ ਹੈ ਉਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਸਾਫ਼ ਤੌਰ 'ਤੇ 3 ਮਹੀਨਿਆਂ ਦੇ ਵਿੱਚ ਹੀ ਮਾਹੌਲ ਬਦਲਿਆ,